ਜਗਰਾਉਂ ਦੇ ਲਾਗੇ ਇੱਕ ਪਿੰਡ ਹੈ, ਉਹ ਪਿੰਡ ਦਾ ਨਾਮ ਹੈ ਮੱਲਾ। ਤੁਹਾਡੀ ਅਣਖ ਜਨ ਹੋਏਗੀ, ਰਿਸ਼ਤੇਦਾਰੀਆਂ ਵੀ ਹੁੰਦੀਆਂ ਨੇ। ਉਸ ਪਿੰਡ ਵਿੱਚ ਇੱਕ ਬਹੁਤ ਗਰੀਬ ਸੱਜਣ ਰਹਿੰਦਾ ਸੀ, ਪਰ ਗੁਰੂ ਦਾ ਸਿੱਖ ਸੀ। ਉਹਨੇ ਛੇਵੇਂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਹੋਈ ਸੀ। ਘਰ ਵਿੱਚ ਬੜੀ ਗਰੀਬੀ ਹੈ, ਮੈਲੇ ਕੱਪੜੇ ਨੇ, ਰੋਟੀ ਮਸਾਂ ਜੁੜਦੀ ਹੈ, ਪਰ ਉਹ ਪਿੰਡ ਵਿੱਚ ਇਕੱਲਾ ਹੀ ਗੁਰੂ ਦਾ ਸਿੱਖ ਹੈ। ਲੋਕ ਜਾਣਦੇ ਨੇ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਹੈ। ਇਹਨੇ ਡਰੋਲੀ ਭਾਈ ਜਾ ਕੇ ਛੇਵੇਂ ਪਾਤਸ਼ਾਹ ਦੇ ਕੋਲੋਂ ਚਰਨ ਪੌਲ ਲੈ ਕੇ ਸਿੱਖੀ ਧਾਰਨ ਕੀਤੀ ਹੈ। ਪਿੰਡ ਵਿੱਚ ਇਕੱਲਾ ਹੀ ਇਹ ਗੁਰੂ ਦਾ ਸਿੱਖ ਹੈ। ਇੱਕ ਦਿਨ ਮਨ 'ਚ ਖਿਆਲ ਆਇਆ, ਮੈਂ ਕਾਹਦਾ ਸਿੱਖ ਹਾਂ? ਜੇ ਮੇਰੇ ਘਰ ਵਿੱਚ ਦੋ ਗੁਰਸਿੱਖ ਕੋਈ ਸੱਜਣ ਆ ਜਾਣ, ਮੇਰੇ ਕੋਲ ਤਾਂ ਰੋਟੀ ਆਪਣੀ ਨਹੀਂ ਜੁੜਦੀ। ਕੋਈ ਦੋ ਚਾਰ ਅਤਿਥੀ ਆ ਜਾਣ, ਮੈਂ ਭੋਜਨ ਪ੍ਰਸ਼ਾਦਾ ਕਿੱਥੋਂ ਛਕਾਵਾਂਗਾ? ਗੁਰਸਿੱਖ ਦਾ ਘਰ ਤਾਂ ਉਹ ਹੋਣਾ ਚਾਹੀਦਾ ਜੇ ਕੋਈ ਰਾਹਗੀਰ ਮੁਸਾਫਰ ਅਤਿਥੀ ਦੋ ਚਾਰ ਦਸ ਬੰਦੇ ਆ ਜਾਣ, ਉਹ ਰੋਟੀ ਦਾ ਪ੍ਰਬੰਧ ਕਰ ਸਕੇ। ਮੇਰੇ ਘਰ ਵਿੱਚ ਬੱਚੇ ਤਗੜੇ ਹੋ ਗਏ ਨੇ, ਪਰ ਮੇਰੇ ਘਰ 'ਚੋਂ ਗਰੀਬੀ ਅਤੇ ਦਲਿੱਦਰ ਨਹੀਂ ਗਿਆ। ਹੁਣ ਤੱਕ ਤਾਂ ਚਾਰ ਪੈਸੇ ਹੋਣੇ ਚਾਹੀਦੇ ਸੀ, ਕੋਈ ਦੋ ਚਾਰ ਸੱਜਣ ਵੀ ਆ ਜਾਣ ਅਤੇ ਮੈਂ ਰੋਟੀ ਤਾਂ ਖਿਲਾ ਸਕਾਂ। ਫਿਰ ਉਹਦੇ ਚਿੱਤ ਵਿੱਚ ਖਿਆਲ ਆਇਆ, ਬੱਚੇ ਜਵਾਨ ਹੋ ਰਹੇ ਨੇ, ਕੱਲ੍ਹ ਨੂੰ ਵਿਆਹਣੇ ਨੇ, ਮੰਗਣੇ ਨੇ, ਰਿਸ਼ਤੇਦਾਰੀ ਬਣਨੀ ਹੈ, ਕੁੜਮਾਚਾਰੀ ਬਣਨੀ ਹੈ। ਮੇਰੇ ਘਰ ਵਿੱਚ ਪੈਸਾ ਨਹੀਂ ਹੈ, ਦਲਿੱਦਰ ਹੈ, ਗਰੀਬੀ ਹੈ, ਮੈਂ ਕੁੜਮਾਂ ਨੂੰ ਕਿੱਥੇ ਬਿਠਾਵਾਂਗਾ? ਮੈਂ ਕਿਸੇ ਆਏ ਹੋਏ ਰਿਸ਼ਤੇਦਾਰ ਨੂੰ ਕਿੱਥੇ ਬਿਠਾਵਾਂਗਾ? ਜਦੋਂ ਚਿੱਤ ਵਿੱਚ ਆਹ ਚੀਜ਼ਾਂ ਆਈਆਂ, ਫਿਰ ਉਹਦੇ ਮਨ 'ਚ ਆਇਆ, ਮੇਰਾ ਗੁਰੂ ਤਾਂ ਪੂਰਾ ਆ, ਮੈਂ ਜਾ ਕੇ ਆਪਣੇ ਗੁਰੂ ਕੋਲੋਂ ਮੰਗਾਂਗਾ, ਪਾਤਸ਼ਾਹ ਕਿਰਪਾ ਕਰੋ, ਮੇਰੀ ਕਮਾਈ ਵਿੱਚ ਬਰਕਤ ਪਾਓ, ਮੇਰੀ ਮਿਹਨਤ ਨੂੰ ਭਾਗ ਲਾਓ, ਮਹਾਰਾਜ ਮੇਰਾ ਘਰ ਵੀ ਸੁਰੱਗੀ ਵਾਲਾ ਹੋ ਜਾਏ। ਮਹਾਰਾਜ ਨਹੀਂ ਤਾਂ ਮੇਰੇ ਨਾਲ ਰਿਸ਼ਤੇਦਾਰੀ ਕੌਣ ਬਣਾਵੇਗਾ? ਜੇ ਘਰ ਵਿੱਚ ਚਾਰ ਪੈਸੇ ਨਹੀਂ, ਉਹਦੇ ਬੱਚਿਆਂ ਦਾ ਰਿਸ਼ਤਾ ਹੀ ਨਹੀਂ ਕੋਈ ਕਰਦਾ। ਇਹ ਤਾਂ ਦੁਨਿਆਵੀ ਤੌਰ 'ਤੇ ਅੱਜ ਵੀ ਵੇਖ ਲਿਓ, ਸਾਧ ਸੰਗਤ ਘਰ ਗਰੀਬ ਹੈ ਤਾਂ ਰਿਸ਼ਤੇਦਾਰ ਹਮ ਹੀ ਨਹੀਂ ਭਰਦੇ ਰਿਸ਼ਤਾ ਕਰਨ ਨੂੰ। ਮੈਂ ਇਸ ਤਰ੍ਹਾਂ ਵੀ ਮਹਿਸੂਸ ਕੀਤਾ, ਕਿਸੇ ਦਾ ਬੱਚਾ ਪੜ੍ਹ ਲਿਖ ਕਰਕੇ ਆਈਲੈਟਸ ਕਰ ਜਾਏ ਤਾਂ ਉਹ ਰਿਸ਼ਤੇਦਾਰੀਆਂ ਨੂੰ ਕਹਿੰਦਾ ਵੀ ਕਿਤੇ ਕੋਈ ਰਿਸ਼ਤਾ ਲੱਭਿਓ, ਤਾਂ ਉਹ ਰਿਸ਼ਤਾ ਪਤਾ ਨਹੀਂ ਕਿਉਂ ਨਹੀਂ ਕਰਦੇ। ਉਹਨਾਂ ਦੇ ਮਨ 'ਚ ਇਹ ਹੁੰਦਾ ਵੀ ਰਿਸ਼ਤਾ ਕਰਕੇ ਪੈਸੇ ਵੀ ਕੋਲੋਂ ਲਾਉਣੇ ਪੈਣੇ ਨੇ। ਜੇ ਇਹਨਾਂ ਦਾ ਰਿਸ਼ਤਾ ਗਿਰਦਾ, ਵਿਆਹ 'ਤੇ ਪੈਸੇ ਕੌਣ ਲਾਏਗਾ? ਅੱਜ ਕੱਲ੍ਹ ਬਾਹਰ ਵਾਲੇ ਰਿਸ਼ਤੇ ਲੱਭੋ ਤਾਂ ਕਿੰਨੇ ਪੈਸੇ ਲੱਗਦੇ ਨੇ। ਇੱਦਾਂ ਉਹ ਗੁਰੂ ਦਾ ਸਿੱਖ ਮਨ 'ਚ ਸੋਚਣ ਲੱਗ ਪਿਆ, ਕਹਿੰਦਾ ਘਰ 'ਚ ਗਰੀਬੀ ਹੈ, ਬੱਚੇ ਜਵਾਨ ਹੋ ਗਏ ਨੇ, ਘਰ ਬਣਿਆ ਨਹੀਂ, ਕੱਲ੍ਹ ਨੂੰ ਕੁੜਮਾਚਾਰੀ ਬਣਨੀ ਹੈ, ਕਿੱਥੇ ਕੁੜਮਾਂ ਨੂੰ ਬਿਠਾਵਾਂਗਾ? ਮੇਰੇ ਨਾਲ ਰਿਸ਼ਤੇਦਾਰੀ ਕੌਣ ਬਣਾਏਗਾ? ਜਦੋਂ ਪੈਸੇ ਨਹੀਂ ਤਾਂ ਰਿਸ਼ਤੇਦਾਰੀ ਕਿਹਦੇ ਨਾਲ ਬਣੇਗੀ? ਮੇਰੇ ਬੱਚਿਆਂ ਦਾ ਰਿਸ਼ਤਾ ਕੌਣ ਕਰੇਗਾ? ਇੰਨਾ ਕੁਝ ਸੋਚ ਕੇ ਫਿਰ ਮਨ 'ਚ ਵਿਸ਼ਵਾਸ ਆਇਆ, ਗੁਰੂ ਤਾਂ ਮੇਰਾ ਪੂਰਾ ਹੈ ਨਾ, ਮੈਂ ਆਪਣੇ ਗੁਰੂ ਕੋਲੋਂ ਮੰਗਾਂਗਾ। ਜਦੋਂ ਦੇ ਘਰ ਵਿੱਚ ਜਾਈਦੇ ਉਦੋਂ ਹੀ ਉੱਥੇ ਪੜਿਆ ਜਾਂਦਾ, ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਪੜੋ ਸੱਚੇ ਸਾਹਿਬਾ ਕਿਆ ਨਾਹੀਂ ਘਰ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਉਹਦੇ ਘਰ ਵਿੱਚ ਪੜਿਆ ਜਾਂਦਾ, ਉਹਦੇ ਘਰ ਵਿੱਚ ਸਭ ਕੁਝ ਹੈ, ਮੈਨੂੰ ਕਿਉਂ ਨਹੀਂ ਦੇਣਗੇ? ਇਹਨੇ ਆਪਣੇ ਘਰ ਵਾਲੀ ਨੂੰ ਕਿਹਾ, ਭਗਵਾਨ ਨੇ ਮੈਂ ਦੋ ਦਿਨ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਪਤਾ ਲੱਗਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ, ਮੈਂ ਉੱਥੇ ਜਾ ਕੇ ਆਉਣਾ। ਉਹਨੇ ਕਿਹਾ ਜੀ ਜਾਇਓ। ਆਪਣੇ ਜਵਾਨ ਹੁੰਦੇ ਬੱਚੇ ਨੂੰ ਨਾਲ ਲੈ ਗਿਆ, ਉਹਦਾ ਨਾਮ ਇਤਿਹਾਸ ਵਿੱਚ ਸਾਧ ਸੰਗਤ ਭਾਈ ਸਾਧੂ ਆਇਆ, ਇਹ ਸਿੱਖ ਦਾ ਨਾਮ ਭਾਈ ਧਰਮਾ ਲਿਖਿਆ ਹੋਇਆ। ਭਾਈ ਧਰਮਾ ਆਪਣੇ ਬੇਟੇ ਸਾਧੂ ਨੂੰ ਨਾਲ ਲੈ ਕੇ ਚੱਲ ਪਿਆ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਪਹੁੰਚਿਆ। ਜਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕੀਤੇ, ਸੇਵਾ ਕੀਤੀ, ਪਾਤਸ਼ਾਹ ਦੇ ਸ਼ਮਾਂ ਦੇ ਦੀਵਾਨ ਲੱਗ ਗਏ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਵਿਰਾਜਮਾਨ ਨੇ, ਸੰਗਤ ਜੁੜ ਗਈ ਹੈ। ਇੰਨੇ ਨੂੰ ਕੜਿਆਲ ਵੱਜੀ, ਆਵਾਜ਼ਾਂ ਦਿੱਤਾ, ਭਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ 'ਚ ਆ ਗਏ ਨੇ, ਸੇਵਾ ਕਰਨ ਵਾਲੀ ਸੰਗਤ ਵੀ ਜੁੜ ਗਈ। ਇਹ ਭਾਈ ਧਰਮਾ ਵੀ ਆਪਣੇ ਪੁੱਤਰ ਸਾਧੂ ਨੂੰ ਲੈ ਕੇ ਪਾਤਸ਼ਾਹ ਦੇ ਚਰਨਾਂ 'ਚ ਆ ਗਿਆ। ਜਦੋਂ ਵੇਖਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਚੰਦਨ ਦੀ ਚੌਂਕੀ ਤਖਤ ਉੱਤੇ ਵਿਰਾਜਮਾਨ ਨੇ, ਪਾਤਸ਼ਾਹ ਦੇ ਸੀਸ ਉੱਤੇ ਦੋ ਸਿੱਖ ਚੌਰ ਸਾਹਿਬ ਕਰ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਸੰਕੜੇ ਸਿੱਖ ਬੈਠੇ ਨੇ, ਕੀਮਤੀ ਭਟਾਵਾਂ ਕਈਆਂ ਨੇ ਅਰਪਣ ਕੀਤੀਆਂ ਹੋਈਆਂ ਨੇ, ਇਹਦੇ ਹੱਥ ਵਿੱਚ ਕੋਈ ਪੈਸਾ ਨਹੀਂ ਹੈ, ਖਾਲੀ ਹੱਥ ਮੱਥਾ ਟੇਕ ਕੇ
थोड़ा पिछा हो के बह गया। चित अंदर सोचद मन में इच्छा सी गुरु को मंगण की, पर सारे सामने किमें मंगा। लोग की कहे एक गरीब मंगण ही आते ने, बस मैं गुरु के चरणों में एक भी पैसा नहीं भेंट कर सकया, मंगा किड़े मूँह नाल, इन्नियां कीमती भेटावां रखण वाले कुछ नहीं मंगते, मैं गुरु कोलों की मंगा। एक गरीबी करके थोड़ा लज्जा जे खा के अपने बेटे नूं लैके पिछे बह गया। देखो साध संगत इहनूं कहिंदे घट घट के अंतर की जानत, भले बुरे की पीर पछांत, मीरी पीरी दे मालक सब कुछ जानते सन। जदों दीवान समाप्त होण लगा हजूर ने आवाज़ दे के कहा, इहदे वल नज़र मारी, कहिंदे भाई धर्मा जी ठीक है सब, नगर पिंड विच नगर खेड़े ठीक है सब, हाथ जोड़े हाँ महाराज ठीक है। कहिंदे दसो भाई धर्मा जी कोई लोड़ जरूरत दसो, कुछ मंगना सी? कहिंदे नहीं नहीं महाराज। श्री गुरु हरगोबिंद साहब महाराज उठ के तख्त सिंघासन तो तुरन लगे। ये मन च आया पातशाह तो चले ने, मैनू मंग लेना चाहिए सी, पुछया भी सी गुरु हरगोबिंद साहब महाराज ने, फिर मन गरीबी करके लज्जा खा गया। इन्ने नू गुरु हरगोबिंद साहब महाराज तख्त सिंघासन ते फिर बह गए। पातशाह ने बह के आवाज़ दे के कहा, कहने भाई धर्मा जी गल सुनो। उठ के वो संगत विच उठ के अगे आए। गुरु हरगोबिंद साहब महाराज तख्त तो उठ खलोते, पातशाह तख्त तो उतर के भोए आ गए। बराबर भाई धर्मे दे खलो के कहने भाई धर्मा जी तुसी कुछ भी नहीं मंगना? कहने नहीं महाराज कुछ नहीं चाहिए। कहने देख लो भाई धर्मा जी कुछ मंगना तुसी? कहते नहीं महाराज कुछ नहीं मंगना। फिर छेवें पातशाह गुरु हरगोबिंद साहब महाराज दया सिंध पातशाह बोले, कहते फिर असी कुछ मंग लीए ते तो अखां भरिया हाथ जोड़ लै, महाराज मैं गरीब की दे सकदे? पातशाह मैं तो खाली हथ मत्था टेकया, तो एक दमड़ा भी मत्था टेकण वास्ते नहीं, घर विच पातशाह गोडे गोडे गरीबी है, एक पैसा भी मत्था टेकण लई नहीं, मैं तो खुद खाली हथ मत्था टेकया। खीसे जेबां तो खाली बंदिया तो तुसी की मंगना है? छेवें पातशाह बोले, भाई धर्मे फिर तेरे कोलों कुछ मंग लईए। रोन लग पाया, कहना महाराज मैं की देना है? सच्चे पातशाह ने अदब नाल फिर हाथ जोड़ के कहा, कहने भाई धर्मा जी लो तुहाडे कोलों असी कुछ मंगना है, असी अपनी धी बीरो वास्ते तुहाडे पुत्र साधु का रिश्ता मंगना है। जदों इन्नी गल कही सब हैरान हो गए, पैरों कोई जमीन खिस गई। महाराज मैं घर सोचता सी गरीब बंदे नाल रिश्तेदारी कौन बनाएगा, गरीब बंदे नाल रिश्तेदारी कौन बनाएगा, मेरे बच्चों का रिश्ता कौन करेगा? सच्चे पातशाह घट घट दियाँ जानन वाले कहिंदे असी अपनी धी वीरो वास्ते तेरे पुत्र साधु का रिश्ता लेना है, दस भाई धर्मे देगा, मंजूर है? बस भुब निकल गई, चरनी टह के कहिंदा पातशाह मेरा है ही कुछ नहीं, सब कुछ तुहाडे दाते है, ये भी तुहाडी दित्ती दात है। छेवें पातशाह ने कहा, चल फिर तेरे पुत्र का रिश्ता असी अपनी धी ले लिया। इदा का दुनिया च गुरु मिलना कोई जिहड़ा गरीबा नूं अपने कुड़म बनाउंदा होवे, जिहड़ा गरीब नाल अपनी रिश्तेदारी करदा होवे। इत्थे साध संगत अमीरां नाल रिश्तेदारियां ने, एक मेरा गुरु है जिहदी इह वडियाई है कि ऐसी लाल तुझ बिन कौन करे, गरीब नवाज गुसइयां मेरा मत है छतर धरे, जाकी शोत जगत को लागे तां पर तुही ढरे, नीचे ऊच करे मेरा गोविंद काहूं ते ना, नीवे नूं उच्चा करन लग्या गुरु डरदा नहीं फिर किसे तो। अपने मन झात मारियो, असी लोग डरते रहने जे किसी उच्चा भी बनाना हो, चार वोटा पा के पंच सरपंच बना हो, अद्धे बंदे पिंड च कह देंगे वोटा तेन दो पा देनिया दसी ना, कहें कि नहीं कहें वोटा तेन पा देनिया, पर वह भी साडा ही बंदा दसी ना, सानू सारे सामने ना पता लगे तेन वोट पाई है, वह दूजे पंच बना लगे भी कहते दसी ना, हर बंदा डरद। एक मेरा गुरु ते रब है जिहड़ा नीचा नूं उच करन लग्या डरदा नहीं है, वो जदों दत्तां दिंदा उहनूं कोई डर नहीं किसे दा, वो बेपरवाह है। नीचे उच करे मेरा गोविंद काहूं ते ना डरे। सारी संगत हैरान हो गई, इन्ने गरीब बंदे नाल रिश्ता जोड़न लगे ने। मीरी पीरी दे मालक पातशाह बोले, कहिंदे
भाई गुरदास जी, बाबा बुढ़ा साहब जी, एक कार्ज तुसी करो, एक नारियल लेके आओ ते नाल सगन का समान लिया। सगन का समान लिया उस वक्त मंगाया, गिरी शुहारे सगन का समान दे नारियल मंगा के छेवें पातशाह ने भाई धर्मे दे पुत्र साधु की झोली च पा के सगन पा दिता। उदन सात संगत जिहड़ा बंदा चार पैसे मंगण गया सी, चित विच ये सी मैनू गरीब नाल रिश्तेदारी कौन बनाएगा, ये नहीं सी पता जिहदे कोलों मंगण चलना मीरी पीरी दे दाते ने तैनू अपना कुड़म बना लेना। एड्डी वड्डी रिश्तेदारी गुरु ने फिर उहदे नाल पाई। ऐसा सतगुरु है, इसलिए सात संगत इहदे दर उत्ते विश्वास नाल पढ़ना चाहिए के सचे साहेबा क्या नहीं करते रे, सचे साहेब क्या नहीं पढ़ो, सचे साहेबा क्या नहीं करते रे, सचे साहेब क्या नहीं करता तेरे सब किश है, करता तेरे सब किश है, करता तेरे गज के करता तेरे, करता तेरे सब किश है, करता तेरे सब किश है, करता तेरे करता तेरे, जिस देह सो पावे, जिस देह सो पावे, जिस देह सो, जिस देह सो सच साहेबा क्या नहीं करते रे, सचे साहेबा क्या नहीं करते रे, सचे साहे क्या नहीं कर, सचे साहे क्या नहीं करते रे, करता तेरे सब कुछ है, जिस देह सो पावे, सदा सिफत सलाह तेरी नाम मन, पर शर्त है ओदा नाम मन च वसा के रख, ओदा नाम मन विच वसा।